NIA ਟੀਮ ਨੇ ਹਮਲੇ ਵਾਲੀ ਥਾਂ ਦੀ ਕੀਤੀ ਜਾਂਚ। ਪੁਲਵਾਮਾ ਵਿੱਚ 14 ਫਰਵਰੀ ਨੂੰ ਹੋਏ ਭਿਆਨਕ ਫਿਦਾਇਨ ਹਮਲੇ ਦੀ ਜਾਂਚ ਲਈ ਅੱਜ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੀ ਟੀਮ ਘਟਨਾ ਵਾਲੀ ਥਾਂ ਉੱਤੇ ਪੁੱਜੀ ਅਤੇ ਅਹਿਮ ਸਬੂਤ ਜੁਟਾਏ। ਇਸ ਹਮਲੇ ਵਿੱਚ 40 ਤੋਂ ਵਧੇਰੇ ਜਵਾਨ ਸ਼ਹੀਦ ਹੋ ਗਏ ਸਨ, ਜਿਸ ਨੂੰ ਹੁਣ ਤੱਕ ਦਾ ਜੰਮੂ ਕਸ਼ਮੀਰ ਵਿੱਚ ਜਵਾਨਾਂ ਉੱਤੇ ਵੱਡਾ ਹਮਲਾ ਮੰਨਿਆ ਜਾ ਰਿਹਾ ਹੈ।